ਕਿੱਦਾਂ ਦੋਸਤੋ, ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਬਾਈ ਦੇ ਨੈਕਸਟ ਸੌਂਗ ਦੀ ਰਿਲੀਜ਼ ਡੇਟ ਤੇ ਉਹਨਾਂ ਦੇ ਇੱਕ ਸੌਂਗ ਦੇ ਬਿਹਾਈਂਡ ਦਾ ਸੀਨ ਸਾਹਮਣੇ ਆ ਰਹੇ ਨੇ ਤੇ ਨਾਲ ਸਿੱਧੂ ਬਾਈ ਦੀ ਸੁਪਰੀ ਮੈਸੇਜ ਦੀ ਕੁਝ ਹੋਰ ਗੱਲਾਂ ਵੀ ਕਰਾਂਗੇ ਇਸ ਵੀਡੀਓ ਦੇ ਵਿੱਚ। ਇਹ ਸਭ ਨਾਲ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜਿਵੇਂ ਕਿ ਸਿੱਧੂ ਮੂਸੇਵਾਲੇ ਬਾਈ ਦੇ ਸੌਂਗ ਨੂੰ ਰਿਲੀਜ਼ ਹੋਇਆ ਨੂੰ 6 ਕੁ ਦਿਨ ਹੀ ਹੋਏ ਨੇ। 4-10 ਸੌਂਗ ਨੇ ਹਰ ਥਾਂ ਤਹਿਲਕਾ ਮਚਾਇਆ, ਹਰ ਪਾਸੇ ਟ੍ਰੈਂਡਿੰਗ ਹੈ। ਐਪਲ ਮਿਊਜ਼ਿਕ, ਸਪੋਟੀਫਾਈ, ਇੰਸਟਾ ਰੀਲਸ, ਟਿਕਟੌਕ, ਹਰ ਪਾਸੇ ਮੋਸਟਲੀ ਕੰਟਰੀਜ਼ ਦੇ ਵਿੱਚ 4-10 ਸੌਂਗ ਟ੍ਰੈਂਡਿੰਗ ਤੇ ਹੈਗਾ। ਖਾਓ ਮਾਂ ਕਸਮ। ਉਸੇ ਯਾਦ ਨਾਲ 4-10 ਸੌਂਗ ਨੇ ਸਿਰਫ 6 ਦਿਨਾਂ ਦੇ ਵਿੱਚ ਇੰਸਟਾਗ੍ਰਾਮ ਤੇ 1 ਮਿਲੀਅਨ ਪਲੱਸ ਰੀਲਸ ਕੰਪਲੀਟ ਕਰ ਲਈਆਂ ਨੇ। एक बहुत ही बड़ा रिकॉर्ड है, फास्टेस्ट 1 मिलियन रील्स बनाने वाला सॉन्ग बन गया 4-10 सिद्धू मूसेवाले भाई का। झुक के रहना पड़ेगा मेरे आगे। ਆਪਾਂ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਬਾਈ ਦੀ ਹਾਲੀਵੁੱਡ ਤੱਕ ਪਾਈ ਗਈ ਖੁੱਤੀ ਦੇ ਬਾਰੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿੱਧੂ ਬਾਈ ਨੇ ਹਰ ਥਾਂ ਆਦਾ ਐਸਾ ਇੰਪਰੈਸ਼ਨ ਪਾਇਆ ਹੋਇਆ, ਹਰ ਬੰਦਾ ਉਹਨਾਂ ਦਾ ਫੈਨ ਹੈਗਾ ਜੀ। ਇੰਟਰਨੈਸ਼ਨਲ ਲੈਵਲ ਤੇ ਗੋਰੇ ਕਾਲੇ ਉਹਨਾਂ ਦੇ ਸੌਂਗਸ ਦੇ ਕਵਰ ਬਣਾਉਂਦੇ ਨੇ, ਉਵੇਂ ਇੱਕ ਨਿਊਜ਼ੀਲੈਂਡ ਦੀ ਗੋਰੀ ਜਿਹੜੀ ਕਿ ਪੰਜਾਬੀ ਲੈਂਗੁਏਜ ਦੇ ਵਿੱਚ ਕਾਫੀ ਇੰਟਰਸਟਿਡ ਹੈਗੀ, ਉਹ ਇੱਕ ਡਿਜੀਟਲ ਕ੍ਰੀਏਟਰ ਵੀ ਹੈ, ਇੰਸਟਾਗ੍ਰਾਮ ਇਨਫਲੂਐਂਸਰ ਵੀ ਹੈ। ਉਹਨੇ ਰੀਸੈਂਟਲੀ ਸਿੱਧੂ ਮੂਸੇਵਾਲੇ ਬਾਈ ਦੇ 4-10 ਸੌਂਗ ਦਾ ਲਾਈਵ ਕਵਰ ਗਾਇਆ ਹੈ। ਨਾਲ ਉਹਨੇ ਥੱਲੇ ਲਿਖਿਆ ਆਰਆਈਪੀ ਸਿੱਧੂ ਮੂਸੇਵਾਲਾ, ਜੋ ਕਿ ਬੜਾ ਹੀ ਕੈਂਟ ਸਾਊਂਡ ਕਰ ਰਿਹਾ, ਤੁਸੀਂ ਵੀ ਸੁਣ ਕੇ ਵੇਖੋ। ਜਲਵਾ ਹੈ ਹਮਾਰਾ। ਫਿਰ ਆਪਾਂ ਗੱਲ ਕਰ ਲਈਏ ਸ਼ਾਹਰੁਖ ਖਾਨ ਨੇ ਕਾਪੀ ਕੀਤਾ ਸਿੱਧੂ ਮੂਸੇਵਾਲੇ ਬਾਈ ਨੂੰ। ਸੁਣ ਰਹਾ ਹੂੰ ਮੈਂ। ਜਿਵੇਂ ਕਿ ਗੱਲ ਸੁਣਨ ਵਿੱਚ ਕਾਫੀ ਵੰਡਰਿੰਗ ਜੀ ਲੱਗ ਰਹੀ, ਇਹ ਗੱਲ ਹੈਗੀ ਵੀ ਹਕੀਕਤ ਹੈ। ਪਹਿਲੇ ਵੀ ਸ਼ਾਹਰੁਖ ਖਾਨ ਆਦੀ ਪਠਾਨ ਜਾਂ ਜਵਾਨ ਮੂਵੀ ਦੇ ਟ੍ਰੇਲਰ ਦੇ ਵਿੱਚ ਇੱਕ ਪੋਇਟਰੀ ਯੂਜ਼ ਕਰ ਚੁੱਕਾ, ਜੋ ਕਿ ਸਿੱਧੂ ਬਾਈ ਵੀ ਇੱਕ ਦੋ ਦਫਾ ਆਦੀ ਪੋਲਿਟਿਕਸ ਸਪੀਚ ਦੇ ਵਿੱਚ ਪੋਇਟਰੀ ਨੂੰ ਯੂਜ਼ ਕਰ ਚੁੱਕੇ ਨੇ। ਨਜ਼ਰ ਆਣਾ ਜ਼ਰੂਰੀ ਹੈ, ਬਟ ਹੁਣ ਰੀਸੈਂਟਲੀ ਜਦੋਂ ਕਿ ਬਾਦਸ਼ਾਹ ਦੀ ਏਕ ਤਾਂ ਰਾਜਾ ਐਲਬਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਉਹਦੇ ਚ ਪੋਇਟਰੀ ਯੂਜ਼ ਕੀਤੀ ਗਈ, ਲਾਈਨਸ ਯੂਜ਼ ਕੀਤੀਆਂ ਗਈਆਂ। ਕੁਝ ਲੋਕ ਐਸੇ ਜੀਤੇ ਹਨ ਜੈਸੇ ਉਹ ਰਾਜਾ ਹੋ, ਠੀਕ ਹੈ, ਔਰ ਕੁਝ ਲੋਕ ਐਸੇ ਜੀਤੇ ਹਨ ਕੈਸਾ ਜੈਸੇ ਉਹਨੇ ਫਰਕ ਨਹੀਂ ਪੜਦਾ ਕਿ ਰਾਜਾ ਕੌਣ ਹੈ। Hey, I've seen this one. This is a classic. ਬੜੀ ਦੇਰ ਪਹਿਲੇ ਸਿੱਧੂ ਬਾਈ ਨੇ ਇਹ ਚੀਜ਼ ਆਦੇ ਸਟੇਜ ਤੇ ਲਾਈਵ ਕਹੀ ਸੀ। ਕਹਿੰਦਾ ਜਾਂ ਤਾਂ ਐਂ ਤਰੋਂ ਵੀ ਤੁਸੀਂ ਰਾਜੇ ਹੋ ਜਾਂ ਫਿਰ ਐਂ ਤਰੋਂ ਵੀ ਸਾਨੂੰ ਨਹੀਂ ਪਰਵਾਹ, ਜਿਹੜਾ ਮਰਜ਼ੀ ਹੋਵੇ ਰਾਜਾ। ਇਹ ਬੜੀਆ ਥਾ ਗੁਰੂ। ਹੁਣ ਆਪਾਂ ਗੱਲ ਕਰ ਲਈਏ ਏਪੀ ਟਿਲੋਂ ਜਿਹਦੇ ਸਿੱਧੂ ਮੂਸੇਵਾਲੇ ਬਾਈ। ਚਲੋ ਬਾਈ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਿਲਜੀਤ ਦੋਸਾਂਝ ਪਾਜੀ ਨੇ ਪਿਛਲੇ ਸਾਲ ਕੋਚੇਲਾ 'ਚ ਪਰਫਾਰਮ ਕੀਤਾ। ਕੋਚੇਲਾ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਹੈ। ਸਿੱਧੂ ਮੂਸੇਵਾਲੇ ਬਾਈ ਨੇ ਵੀ ਕੋਚੇਲਾ ਦੇ ਬਾਰੇ ਕੁਝ ਗੱਲਾਂ ਕੀਤੀਆਂ ਸਨ। ਰੀਸੈਂਟਲੀ ਜਦੋਂ ਏਪੀ ਟਿਲੋਂ ਨੇ ਉੱਥੇ ਪਰਫਾਰਮੈਂਸ ਕੀਤੀ, ਉਹਨੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਸਿੱਧੂ ਮੂਸੇਵਾਲੇ ਬਾਈ ਨੂੰ ਟ੍ਰਿਬਿਊਟ ਦਿੱਤਾ, ਨਾਲ ਲਿਖਿਆ ਜਸਟਿਸ ਫਾਰ ਸਿੱਧੂ ਮੂਸੇਵਾਲਾ। ਤੇ ਹੁਣ ਰੀਸੈਂਟਲੀ ਏਪੀ ਟਿਲੋਂ ਨੇ ਆਦੀ ਇੰਸਟਾਗ੍ਰਾਮ ਸਟੋਰੀ ਤੇ ਸਿੱਧੂ ਮੂਸੇਵਾਲੇ ਬਾਈ ਦਾ 4-10 ਸੌਂਗ ਲਾਇਆ ਤੇ ਨਾਲ ਹੀ ਉਹਨਾਂ ਨੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਤੇ ਥੱਲੇ ਕੈਪਸ਼ਨ 'ਚ ਲਿਖਿਆ ਕਿ ਮੀਡੀਆ ਕੰਟਰੋਲ 'ਚ ਹੋ ਸਕਦਾ ਹੈ, ਆਈ ਐਮ ਇਨ ਕੰਟਰੋਲ ਆਫ ਨਥਿੰਗ। ਏਪੀ ਟਿਲੋਂ ਨੇ ਜੋ ਗੱਲ ਕੀਤੀ ਇਹ ਬਹੁਤ ਹੀ ਘੱਟ ਲੋਕ ਕਰਦੇ ਨੇ, ਹਿੰਮਤ ਵਾਲੇ ਲੋਕ ਕਰਦੇ ਨੇ। ਸੋ ਬਿਗ ਅਪ ਐਂਡ ਹੈਟਸ ਆਫ ਫਾਰ ਏਪੀ ਟਿਲੋਂ ਬਾਈ। ਕੀ ਪ੍ਰੋਗਰਾਮ ਦਿਖਾ ਦਿਆ ਤੂੰ ਨੇ। ਹੁਣ ਆਪਾਂ ਗੱਲ ਕਰ ਲਈਏ ਪਾਕਿਸਤਾਨੀ ਐਕਟਰ ਫਿਰੋਜ਼ ਖਾਨ ਤੇ ਸਿੱਧੂ ਮੂਸੇਵਾਲੇ ਬਾਈ ਦੇ ਬਾਰੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਮੈਂ ਮੁਝੇ ਕੀ ਪਤਾ, ਸਿੱਧੂ ਬਾਈ ਦੀ ਹਰ ਥਾਂ ਤੇ ਕਰੇਜ਼ ਹੈਗਾ, ਹਰ ਬੰਦਾ ਉਹਨਾਂ ਨੂੰ ਮੰਨਦਾ ਹੈ ਜੀ। ਉਹ ਵੀ ਰੀਸੈਂਟਲੀ ਇੱਕ ਪਾਕਿਸਤਾਨੀ ਡਰਾਮਾ ਸੀਰੀਜ਼ ਅਖਾੜਾ ਦੇ ਵਿੱਚ ਫਿਰੋਜ਼ ਖਾਨ ਨੇ ਸਿੱਧੂ ਬਾਈ ਦੇ ਗੈਂਗ ਸਾਈਨ ਨੂੰ ਆਦੀ ਇੱਕ ਐਪੀਸੋਡ ਦੇ ਵਿੱਚ ਇਨਫਲੂਐਂਸ ਕਰਕੇ ਵਿਖਾਇਆ ਹੈ, ਤੇ ਨਾਲ ਹੀ ਤੁਸੀਂ ਇਹ ਡਰਾਮਾ ਸੀਰੀਜ਼ ਦੇ ਵਿੱਚ ਪਿੱਛੇ ਵਾਲਸ ਦੇ ਉੱਤੇ ਸਿੱਧੂ ਬਾਈ ਦੇ ਪੋਰਟਰੇਟਸ ਵੇਖ ਸਕਦੇ ਜੇ। ਹੁਣ ਆਪਾਂ ਐਂਡ ਤੇ ਗੱਲ ਕਰ ਲੈਂਦੇ ਸਿੱਧੂ ਮੂਸੇਵਾਲੇ ਬਾਈ ਦਾ ਨੈਕਸਟ ਸੌਂਗ ਕਦੋਂ ਰਿਲੀਜ਼ ਹੋਏਗਾ, ਤੇ ਨਾਲੇ ਜਿਹੜੇ ਉਹਨਾਂ ਦੇ ਸੌਂਗ ਦੇ ਬਿਹਾਈਂਡ ਦਾ ਸੀਨਸ ਨਿਕਲ ਕੇ ਸਾਹਮਣੇ ਆ ਰਹੇ ਨੇ ਉਹਨਾਂ ਦੀ ਵੀ ਗੱਲਬਾਤ ਕਰ ਲਈਏ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲੇ ਵੀ ਕਈ ਵਾਰੀ ਸਿੱਧੂ ਬਾਈ ਦੇ ਕਈ ਸੌਂਗ ਦੇ ਜੋ ਕਿ ਆਦੀ ਜ਼ਿੰਦਗੀ ਦੇ ਵਿੱਚ ਰਿਕਾਰਡ ਕਰਾ ਕੇ ਉਹਨਾਂ ਦੇ ਬਿਹਾਈਂਡ ਦਾ ਸੀਨਸ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ, ਉਵੇਂ ਰੀਸੈਂਟਲੀ ਸਿੱਧੂ ਬਾਈ ਦੇ ਕਾਲੀ ਹੁੜੀ ਸੌਂਗ ਦੇ ਜੈਨੂਇਨ ਬਿਹਾਈਂਡ ਦਾ ਸੀਨਸ ਆਪਾਂ ਨੂੰ ਵੇਖਣ ਨੂੰ ਮਿਲੇ ਨੇ, ਜਿੱਥੋਂ ਕਿ ਤੁਸੀਂ ਵੇਖ ਸਕਦੇ ਜੇ ਕਿ ਸਿੱਧੂ ਬਾਈ ਦਾ ਜੋ ਕਾਲੀ ਹੁੜੀ ਸੌਂਗ ਰਿਲੀਜ਼ ਕੀਤਾ ਜਾਏਗਾ ਉਹਦੇ ਸਿੱਧੂ ਮੂਸੇਵਾਲੇ ਬਾਈ ਦੀ ਆਫੀਸ਼ੀਅਲ ਵੀਡੀਓ ਹੋਏਗੀ। ਚੱਲੀ ਬਾਉਂਡਰੀ ਤੋਂ ਬਾਹਰ ਖੜਦੇ ਇੱਥੇ ਕਾਲੀ ਹੁੱਡੀ ਵਾਲਾ ਮੇਰਾ ਯਾਰ ਮੁੱਕਦਾ। ਫਿਰ ਆਪਾਂ ਗੱਲ ਕਰ ਲਈਏ ਸਿੱਧੂ ਮੂਸੇਵਾਲੇ ਬਾਈ ਦੇ ਨੈਕਸਟ ਸੌਂਗ ਰਿਲੀਜ਼ ਡੇਟ ਦੇ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਸਿੱਧੂ ਮੂਸੇਵਾਲੇ ਬਾਈ ਦਾ ਹਰੇਕ ਸੌਂਗ 2-3 ਮਹੀਨੇ ਦੇ ਗੈਪ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਂ ਬਿਲਕੁਲ। ਤੇ ਸਰਦਾਰ ਬਲਕੌਰ ਸਿੱਧੂ ਸਾਹਿਬ ਨੇ ਕਾਫੀ ਅਰਸਾ ਪਹਿਲੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੇਰੇ ਜਨਮ ਦਿਨ ਤੇ ਸ਼ੁਭਦੀਪ ਦੇ ਜਨਮ ਦਿਨ ਤੇ ਵੀ ਇੱਕ ਇੱਕ ਗਾਣਾ ਸੁੱਟਾ ਜਾਏਗਾ। 5 ਜਨਵਰੀ ਦਾ ਮੇਰਾ ਜਨਮ ਦਿਨ ਹੈ, 11 ਜੂਨ ਸ਼ੁਭਦੀਪ ਦਾ ਜਨਮ ਦਿਨ, ਦੋਨੇ ਸਾਲ ਦੇ ਦੋ ਗਾਣੇ ਪੱਕੇ ਛੱਡੇ। ਉਸ ਹਿਸਾਬ ਨਾਲ ਇੱਕ ਬਹੁਤ ਵੱਡਾ ਹਿੰਟ ਮਿਲ ਰਿਹਾ ਕਿ ਸਿੱਧੂ ਮੂਸੇਵਾਲੇ ਬਾਈ ਦਾ ਸੌਂਗ ਹੁਣ ਜੂਨ ਦੇ ਵਿੱਚ 11 ਤਰੀਕ ਨੂੰ ਸਿੱਧੂ ਮੂਸੇਵਾਲੇ ਬਾਈ ਦੇ ਬਰਥਡੇ ਵਾਲੇ ਦਿਨ ਰਿਲੀਜ਼ ਕੀਤਾ ਜਾਏਗਾ। ਤੇ ਬਹੁਤ ਜ਼ਿਆਦਾ ਰਿਸੋਰਸਸ ਇਹ ਵੀ ਦੱਸ ਰਹੇ ਨੇ ਕਿ ਉਹ ਸੌਂਗ ਡਾਇਲੈਮਾ ਹੋ ਸਕਦਾ ਹੈ। ਓ ਐਸਾ ਹੈ ਕਿਆ? ਸੋ ਇਹਦੇ ਵਿੱਚ ਵੀ 90% ਚਾਂਸਸ ਨੇ ਕਿ ਸਿੱਧੂ ਬਾਈ ਦੇ ਬਰਥਡੇ ਵਾਲੇ ਦਿਨ ਡਾਇਲੈਮਾ ਟਰੈਕ ਰਿਲੀਜ਼ ਕੀਤੀ ਜਾਵੇ ਜਾਂ ਕੋਈ ਹੋਰ ਟਰੈਕ ਵੀ ਹੋ ਸਕਦੀ, ਬਟ 11 ਜੂਨ ਨੂੰ ਲੌਕ ਕਰ ਲਓ, ਸਿੱਧੂ ਬਾਈ ਦਾ ਸੌਂਗ ਰਿਲੀਜ਼ ਕੀਤਾ ਜਾਏਗਾ। ਬਾਤ ਕਰੋ ਬਾਈ ਬਾਈ ਚਾਰੇ ਪਾਸੇ ਹੁੰਦੀ ਹੈ ਜਨਾਬ ਨੂੰ ਪੂਰਾ ਕਰੂੰ ਤੇਰੇ ਹਰ ਅਸਲੇ ਦੇ।